हाँ जी किसान वीरो मैं स्वागत है ऐसा तुहाडा हाल अपने करूं। यूट्यूब चैनल बाबा डेयरी फार्म दे उत्ते जी। अज दी वीडियो विच आपां 6 गावां एक मझ सेल लई लैके आए जी। आओ पुछ लैने भाई तुहाडे ढेर। भाई जी सत श्री अकाल। सत श्री अकाल जी। भाई नाम ते एड्रेस बोल दो जी। नाम कुलदीप सिंह जी, पिंड ढिलमा जी, जिला बरनाला, तहसील तहसील तपा जी। नेड़े पिंड तां भई रह जांदा जी, तपा जी 4 किलोमीटर। 4 ते रह जांदा जी। इधरों कैंचियां रह जांदी आपणी मोबाइल नंबर बोल दो। ਸੀ ਤੇ ਖਾਣੀ ਛੱਤ ਤੇ ਇਹੋ ਜਿਹਾ ਕੁਛ ਰਹੇ ਕੋਈ ਜੀ। ਨਹੀਂ, ਮੋਬਾਈਲ ਨੰਬਰ ਬੋਲ ਦਿਓ। 9031342119 ਇਹ ਵੀਰ ਦਾ ਕੰਟੈਕਟ ਨੰਬਰ ਆ, ਬਾਕੀ ਸਕਰੀਨ ਤੇ ਚੱਲ ਰਿਹਾ, ਨੋਟ ਕਰ ਲਓ ਬਾਈ। ਜਿਹੜੀ ਸਭ ਪਹਿਲੇ ਨੰਬਰ ਤੇ ਬੈਠ ਦੇ ਰਹੇ, ਕਿਹੜਾ ਸੂਆ ਸੂਈ ਵੀ? ਇਹ ਤੀਜਾ ਸੂਆ ਜੀ। ਤੀਜਾ ਸੂਆ ਸੂਈ ਹੈ, ਠੀਕ ਹੈ ਬਾਈ। ਕਿੰਨੇ ਕੁ ਦਿਨ ਹੋ ਗਏ ਸੂਈ ਨੂੰ? ਸੂਈ ਨੂੰ ਹੋ ਗਏ ਜੀ 11-12 ਦਿਨ। 11-12 ਦਿਨ ਬੱਚਾ ਕੀ ਹੈ ਬਾਈ ਮਗਰ? ਬੱਚਾ ਜੀ, ਬੱਚਾ, ਠੀਕ ਹੈ ਬੱਚਾ ਬਾਈ ਮਗਰ ਬੱਚਾ। 11-12 ਦਿਨਾਂ ਦੀ ਬਾਈ ਕਹਿੰਦਾ ਸੂਈ ਵੀ ਹੈ। ਖੋਲ ਲਾ ਬਾਈ, ਤੋੜ ਕੇ ਦਿਖਾ ਦੇ। ਕਿੰਨਾ ਦੁੱਧ ਆ ਬਾਈ ਕੱਲੀ ਪਾਉਣ? ਦੁੱਧ ਦੇ ਥੱਲੇ ਹੁਣ 12 ਕਿਲੋ ਜੀ। ਕੰਡੇ ਵਾਲਾ ਤਿਆਰ ਆ ਬਾਈ? ਜਮਾ ਜੀ ਭਮਾ ਜੀ, 2 ਡੰਗ ਅਗਲਾ ਚੋ ਕੇ ਆ ਕੇ ਲਈ। ਠੀਕ ਆ ਬਾਈ, 12 ਲੀਟਰ ਦੁੱਧ ਬਾਈ ਕਹਿੰਦਾ ਤਿਆਰ ਆ। ਭੂਆ ਦੀ ਬਾਈ ਕਹਿੰਦਾ 2 ਡੰਗ ਚਵਾਈ ਕਰ ਲਿਓ ਜੀ। ਕੱਦ ਕਾਠ ਚੰਗਾ, ਬਰੀਟ ਚੰਗੀ ਆ, ਵੱਡੇ ਕੱਦ ਕਾਠ ਦੀ ਆ। ਆਰਡਰ ਦੀ ਕੁਆਲਿਟੀ ਕਰਮ ਵਾਲੀ ਨੇ ਬਹੁਤ ਸੋਹਣੀ ਤਿਆਰ ਕਰੀ ਆ। ਥਣ ਥੁਣ ਬਹੁਤ ਚੰਗਾ ਵੀ, ਨੇੜ ਤੋਂ ਚੈੱਕ ਕਰਵਾਵਾਂਗੇ। ਆ ਦੇਖ ਸਕਦੇ ਆਰਡਰ ਦੀ ਕੁਆਲਿਟੀ, ਚਾਰੇ ਥਣ ਨਿਕਲਵੇਂ ਪੂਰੇ ਗੈਪ ਤੇ ਆ। ਮੁੱਲ ਬਾਈ ਇਹਦਾ ਕੀ ਆ? ਮੁੱਲ ਇਹਦਾ 45,000 ਹੈ ਜੀ। 45,000 ਰੁਪਇਆ ਮਾਨਤਾਨ ਹੋ ਜੀ ਵਿੱਚੋਂ? ਮਾਨਤਾਨ ਹੋ ਜੂ। ਠੀਕ ਹੈ ਜੀ, 45,000 ਰੁਪਇਆ ਬਾਈ ਨੇ ਮੁੱਲ ਰੱਖਿਆ, ਬਾਕੀ ਮੁੱਖ ਦੇ ਵਿੱਚੋਂ ਮਾਨਤਾਨ ਜ਼ਰੂਰ ਹੋ ਜੂ। ਆਰਡਰ ਬਾਈ ਬਹੁਤ ਸੋਹਣਾ ਸੀ, ਤਿਆਰ ਠੰਡੀ ਕਰਿਆ, ਆਈ ਜਮ ਪੂਰੀ ਠੰਡੀ ਸੀਲ ਆ। ਓਕੇ ਬਾਈ, ਅੱਗੇ ਬਾਈ 2 ਨੰਬਰ ਤੇ ਕਿਹੜਾ ਸੂਆ ਸੂਈ ਆ? ਇਹ ਵੀ ਤੀਜਾ ਹੀ ਹੈ ਜੀ। ਕਿੰਨਾ ਕੁ ਟਾਈਮ ਹੋ ਗਿਆ ਬਾਈ ਸੂਈ ਨੂੰ? ਇਹਨੂੰ ਸੂਈ ਨੂੰ 7-8 ਦਿਨ ਹੋ ਗਿਆ, ਆਹ ਬੱਚੀ ਹੈ ਜੀ ਇਹਦੀ। ਠੀਕ ਹੈ, ਬੱਚੀ ਆ ਮਗਰ? ਹਾਂਜੀ, ਬੱਚੀ ਚੰਗੀ ਹੈ ਨਾ? ਹਾਂਜੀ। ਠੀਕ ਹੈ ਬਾਈ, ਦੁੱਧ ਕਿੰਨਾ ਥੱਲੇ? ਇਹਦੇ ਥੱਲੇ ਦੁੱਧ ਹੁਣ 8 ਕੁ ਲੀਟਰ ਆ ਜੀ ਹਜੇ। ਠੀਕ ਹੈ, ਖੋਲ ਲਾ ਬਾਈ, ਸੂਈ ਤੋੜ ਥੋੜੇ ਕੇ ਦਿਨ ਦਿਖਾ ਹੋਏ। ਦੇ ਵਾਜੂ ਕੀ ਦੁੱਧ? ਹਣਾ ਦੁੱਧ ਵਾਜੂ ਜੀ। ਹਾਂ ਠੀਕ ਹੈ ਬਾਈ, ਚੰਗੀ ਆ ਜਵਾਈ ਚੋਈ ਦੀ ਬਾਈ? ਹਾਂ ਜੀ ਜਮਾ। ਠੀਕ ਹੈ ਬਾਈ, ਆਰਡਰ ਬਹੁਤ ਸੋਹਣਾ, ਨੇੜ ਤੋਂ ਚੈੱਕ ਕਰ ਲਓ, ਚਾਰੇ ਥਣ ਨਿਕਲਵੇਂ ਪੂਰੇ ਗੈਪ ਤੇ ਆ। ਲਿਆ ਬਾਈ ਵਾਹ। ਤੇ ਇਹਦਾ ਮੁੱਲ ਕੀ ਹੈ ਗਲਦੀ ਦਾ? ਇਹਦਾ ਮੁੱਲ 32,000 ਆ ਜੀ, ਮਾਨਤਾਨ ਵਿੱਚੋਂ। ਮਾਨਤਾਨ ਹੋ ਜੀ। ਠੀਕ ਹੈ ਜੀ, 32,000 ਰੁਪਇਆ ਬਾਈ ਨੇ ਮੁੱਲ ਰੱਖਿਆ, ਬਾਕੀ ਮੌਕੇ ਦੇ ਵਿੱਚੋਂ ਮਾਨਤਾਨ ਜ਼ਰੂਰ ਹੋ ਜੂ। ਕੱਦ ਕਾ ਠੀਕ ਆ, ਆਰਡਰ ਕਰਨ ਵਾਲੀ ਨੇ ਸੋਹਣਾ ਤਿਆਰ ਕਰਿਆ, ਤੇ ਮੁੱਲ ਵੀ ਜਾਇਜ਼ ਆ, ਬਾਕੀ ਮੌਕੇ ਦੇ ਵਿੱਚੋਂ ਮਾਨਤਾਨ ਜ਼ਰੂਰ ਹੋ ਪੂਰੀ ਜਾਣਾ। ਸੀਲ ਠੰਡੀ ਆਈ ਜਮਾ। ਠੀਕ ਆ ਬਾਈ, ਪੂਰੀ ਠੰਡੀ ਸੀਲ ਆ, ਲੈ ਜੇ ਮਰਜ਼ੀ ਹੱਥ ਵਗੈਰਾ ਲਾਈ, ਚੱਲ ਕੋਈ ਚੱਕਰ ਹੀ ਨਹੀਂ, ਮੋੜ ਲਿਆ ਬਾਈ। ਤੇ ਬੱਚਾ ਬਾਈ ਮਗਰ ਇਹਦੇ ਬੱਚੀ ਆ, ਬੱਚੀ ਵੀ ਸਨੱਕੀ ਆ। ਅੱਗੇ ਬਾਈ 3 ਨੰਬਰ ਤੇ ਕਿਹੜਾ ਸੂਆ ਸੂਈ ਆ? ਇਹ ਚੌਥਾ ਸੂਆ ਜੀ। ਚੌਥਾ ਸੂਆ, ਕਿੰਨਾ ਦਿਨ ਹੋ ਗਏ ਬਾਈ ਸੂਈ ਨੂੰ? ਇਹ ਤਾਂ ਹੋ ਗਏ ਜੀ 1.5 ਮਹੀਨਾ ਸੂਈ ਨੂੰ ਹੋ ਗਿਆ, ਬੱਚਾ ਇਹਦਾ ਮਰ ਗਿਆ। ਬੱਚਾ ਮਰ ਗਿਆ 1.5 ਮਹੀਨਾ ਹੋਇਆ। ਠੀਕ ਆ ਬਾਈ, ਤੇ ਦੁੱਧ ਕਿੰਨਾ ਕੁ ਬਾਈ? ਇਹਦੇ ਥੱਲੇ ਦੁੱਧ ਹੁਣ ਹੈਗਾ ਜੀ 9 ਕਿਲੋ। 9 ਕਿਲੋ, ਠੀਕ ਆ। ਚਵਾਈ ਦੀ ਕਿਵੇਂ ਆ? ਚਵਾਈ ਦੀ ਜਮਾ ਠੰਡੀ ਸੀ ਲੈ, ਆਈ ਬਹਿ ਜਾ, ਨੈਣਾ ਪਾਉਣ ਦੀ ਕੋਈ ਲੋੜ ਨਹੀਂ ਬਾਈ। ਓਕੇ ਠੀਕ, ਮੈਂ ਮੰਗੂ ਲੈ। ਠੀਕ, ਪੂਰੀ ਠੰਡੀ ਸੀ ਲੈ। ਠੀਕ ਆ ਬਾਈ, ਮੁੱਲ ਕੀ ਇਹਦਾ ਜੀ? ਇਹਦਾ ਮੁੱਲ 30,000 ਆ ਜੀ। 30,000 ਰੁਪਇਆ ਮਾਨਤਾਨ ਹੋ ਜੀ ਵਿੱਚੋਂ? ਹਾਂਜੀ। ਠੀਕ ਹੈ ਜੀ, 30,000 ਰੁਪਇਆ ਬਾਈ ਨੇ ਮੁੱਲ ਰੱਖਿਆ, ਬਾਕੀ ਮੌਕੇ ਦੇ ਵਿੱਚੋਂ ਮਾਨਤਾਨ ਜ਼ਰੂਰ ਹੋ ਜੂ। ਜਾਤ ਬਰੀਡ ਠੀਕ ਆ ਬਾਈ, ਤੇ ਫੇਸ ਬਿਊਟੀ ਚੈੱਕ ਕਰ ਲਓ, ਥੋੜੇ ਥੋੜੇ ਸਿੰਗ ਆ, ਪਰ ਕੂਨੀ ਆ ਨਾ ਬਾਈ? ਹਾਂਜੀ ਹਾਂ ਜਮਾ ਜਿਵੇਂ ਠੀਕ 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 ਮੁੱਲ 30,000 ਮਾਨਤਾਨ ਹੋ ਜੂ। ਠੀਕ ਆ ਬਾਈ, ਮੋੜ ਲਿਆ। ਓਕੇ ਬਾਈ, ਠੰਡੀ ਸੀਲ ਬਾਈ ਪੂਰੀ ਆ, ਰੰਗ ਰੂਪ ਕਰਮ ਵਾਲੀ ਦਾ ਚੰਗਾ। ਅੱਗੇ ਬਾਈ 4 ਨੰਬਰ ਤੇ ਕਿਹੜਾ ਸੂਆ ਸੂਈ ਵੀ ਆ? ਇਹ ਦੂਜਾ ਸੂਆ ਜੀ। ਕਿੰਨਾ ਕੁ ਟਾਈਮ ਹੋ ਗਿਆ ਬਾਈ ਸੂਈ ਨੂੰ? ਇਹਨੂੰ ਸੂਈ ਨੂੰ 12-13 ਦਿਨ ਹੋ ਗਏ ਜੀ। ਬੱਚਾ ਇਹਦਾ ਜੀ? ਇਹਦਾ ਬੱਚਾ ਮਰ ਗਿਆ ਸੀ। ਠੀਕ ਆ ਬਾਈ, ਦੁੱਧ ਕਿੰਨਾ ਹੁਣ? ਇਹਦੇ ਥੱਲੇ ਹੁਣ ਦੁੱਧ ਹੈਗਾ 9 ਕਿਲੋ ਦੁੱਧ ਹੁਣ ਤਿਆਰ ਆ ਜੀ ਜਮਾ। ਠੀਕ ਆ ਬਾਈ, 9 ਲੀਟਰ ਤਿਆਰ ਆ ਬਾਈ। ਹਾਂਜੀ, ਹੁਣ ਚੰਗਾ ਜਮਾ ਸੀ ਆ ਜੀ, ਜਿਵੇਂ ਕਿ ਮਰਜ਼ੀ। ਪੂਰੇ ਗੈਪ ਤੇ ਠੰਡੀ ਸੀਲ ਆ, ਖੋਲ ਲਾ ਬਾਈ, ਤੋੜ ਕੇ ਦਿਖਾ ਦਈਏ। ਰੰਗ ਰੂਪ ਕਰਮ ਵਾਲੀ ਦਾ ਚੰਗਾ ਬਾਈ, ਯਾਦ ਬਰੀਡ ਚੰਗੀ ਆ, ਗਰਮੀ ਗੁਰਮੀ ਘੱਟ ਮਾਨਦੀਆਂ ਨੇ, ਫੈਂਡ ਫੂਂਡ ਨਹੀਂ ਚੰਗੀ ਆ। ਬੱਚਾ ਦਾ ਐਕਸਪਾਇਰ ਹੋਇਆ ਵਾ ਨਾ ਬਾਈ? ਹਾਂਜੀ। ਤੇ ਮੁੱਲ ਬਾਈ ਇਹਦਾ? ਇਹਦਾ ਮੁੱਲ 35,000 ਰੁਪਇਆ ਜੀ, ਮਾਨਤਾਨ ਵਿੱਚੋਂ ਹੋ ਜੂ। ਮਾਨਤਾਨ 35,000 ਰੁਪਇਆ ਬਾਈ ਨੇ ਮੁੱਲ ਰੱਖਿਆ, ਬਾਕੀ ਮੌਕੇ ਦੇ ਵਿੱਚੋਂ ਮਾਨਤਾਨ ਜ਼ਰੂਰ ਹੋ ਜੂ। ਆਰਡਰ ਕਰਮ ਵਾਲੀ ਦਾ ਬਹੁਤ ਸੋਹਣਾ ਤਿਆਰ ਕਰਿਆ, ਲੈ ਚਲੋ ਬਾਈ, ਮੁੱਲ ਜਾਇਜ਼ ਆ ਬਾਈ 35,000 ਰੁਪਇਆ। ਚਵਾਈ ਦੀ ਚੰਗੀ ਆ ਬਾਈ ਇਹ? ਹਾਂਜੀ ਹਾਂ ਜਮਾ ਠੰਡੀ ਸੀਲ ਆ। ਠੀਕ ਆ ਬਾਈ, ਖੀਰ ਸਿੱਟ ਕੇ ਪੈ ਜਾ ਮੋਨਾ ਜੀ। ਓਕੇ ਬਾਈ, ਅੱਗੇ ਬਾਈ 5 ਨੰਬਰ ਤੇ ਤਿਲ ਆ ਇਹ? ਇਹ ਤਿਲ ਆ ਜੀ। ਤੇ ਕਿਹੜਾ ਸੂਆ ਸੂਈ ਵੀ ਬਾਈ ਇਹ? ਇਹ ਤੀਜਾ ਕਿਸੂ ਆ ਜੀ। ਬੱਚਾ ਕੀ ਆ ਮਗਰੇ? ਬੱਚੀ ਆ ਜੀ। ਬੱਚੀ ਚੰਗੀ ਆ ਨਾ ਬਾਈ? ਹਾਂਜੀ ਆਹ ਬੱਚੀ ਹੈਗੀ। ਦੁੱਧ ਕਿੰਨਾ ਕੁ ਬਾਈ ਇਹਦੇ ਥੱਲੇ? ਇਹਦੇ ਥੱਲੇ ਦੁੱਧ ਹੁਣ 7 ਕੁ ਲੀਟਰ ਆ ਜੀ। 7 ਲੀਟਰ, ਠੀਕ ਆ ਬਾਈ, ਖੋਲ ਲਾ ਤੋੜ ਕੇ ਦਿਖਾ ਦਈਏ। ਇਹਦਾ ਮੁੱਲ ਕੀ ਆ ਬਾਈ? ਇਹਦਾ ਮੁੱਲ 13,000 ਆ ਜੀ, ਮਾਨਦਾਨ ਵਿੱਚੋਂ।
मानदान कर देंगे। ठीक है, 13,000 रुपया बाई ने मुल रखा, बाकी मानदान जरूर हो जाओ। मझा वर्गा दुध फैट फूट बहुत ਦੂਜਾ ਸੂਆ ਜੀ। ਕਿੰਨੇ ਦਿਨ ਹੋ ਗਏ ਬਾਈ ਸੂਈ ਨੂੰ? ਇਹਨੂੰ ਸੂਈ ਨੂੰ ਹੋ ਗਏ 15 ਦਿਨ। 15 ਦਿਨ ਬੱਚਾ ਕੀ ਆ ਮਗਾ? ਬੱਚੀ ਆ ਜੀ। ਬੱਚੀ ਆ ਇਹਦੀ ਵੀ ਆ ਬੱਚੀ? ਹਾਂ ਇਸੇ ਦੀ ਆ ਜੀ। ਠੀਕ ਆ ਬਾਈ, ਖੋਲ ਲਾ ਤੋਰ ਕੇ ਦਿਖਾ ਦੇ। ਦੁੱਧ ਕਿੰਨਾ ਕੁ ਕਲੀ? ਇਹ ਥੱਲੇ ਦੁੱਧ ਹੁਣ 9 ਕਿਲੋ ਜੀ। 9 ਲੀਟਰ ਕੰਡੇ ਵਾਲਾ ਤਿਆਰ ਆ ਬਾਈ? ਹਾਂਜੀ। ਠੀਕ ਆ ਬਾਈ, ਤੇ ਮੁੱਲ ਕੀ ਆ ਦਾ ਬਾਈ? ਮੁੱਲ ਇਹਦਾ 27,000 ਆ ਜੀ। 27,000 ਰੁਪਇਆ ਮਾਨਤਾਨ ਹੋ ਜੀ ਵਿੱਚੋਂ? ਹਾਂਜੀ ਠੀਕ ਹੈ। 27,000 ਰੁਪਇਆ ਬਾਈ ਨੇ ਮੁੱਲ ਰੱਖਿਆ, ਬਾਕੀ ਮੌਕੇ ਦੇ ਵਿੱਚੋਂ ਮਾਨਤਾਨ ਜ਼ਰੂਰ ਹੋ ਜਾਓ। ਇਸ ਬਿਊਟੀ ਵੀ ਕਰਮ ਵਾਲੀ ਦੀ ਚੰਗੀ ਆ, ਥਣ ਥਣ ਚੰਗਾ ਲੱਗਿਆ। ਚਵਾਈ ਦੀ ਕਿਵੇਂ ਕਲਦੀ? ਚਵਾਈ ਦੀ ਠੀਕ ਹੈ ਜੀ। ਠੀਕ ਆ ਬਾਈ, ਬੱਚਾ ਮਗਰ ਬੱਚੇ ਨਾ, ਮੁੱਲ ਇਹਦਾ 27,000 ਮਾਨਤਾਨ ਹੋ ਜੀ? ਮਾਨਤਾਨ ਹੋ ਜੀ ਬਾਈ। ਆਰਡਰ ਵੀ ਕਰਮ ਵਾਲੀ ਦਾ ਚੰਗਾ, ਉਹ ਤਾਂ ਸੀਲ ਠੰਡੀ ਹੈ ਜੀ ਜਮਾ। ਤੇਜ਼ੀ ਜੀ ਕਰਦੀ ਹੈ 93। ਆਹ ਮਾਝਾ ਬਾਈ ਮੀਣੀ ਹੈ? ਹਾਂ ਮੀਣੀ ਜੀ। ਠੀਕ ਆ ਬਾਈ, ਕਿਹੜਾ ਸੂਆ ਸੂਈ ਆ? ਤੀਜਾ ਸੂਆ ਜੀ। ਕਿੰਨੇ ਕਿ ਦਿਨ ਹੋ ਗਏ ਸੂਈ ਨੂੰ? ਇਹਨੂੰ ਸੂਈ ਨੂੰ ਹੋ ਗਏ ਜੀ ਹੁਣ 3 ਮਹੀਨੇ ਹੋ ਗਏ ਜੀ। 3 ਮਹੀਨੇ ਉਹ ਕੱਟਾ ਮਗਰ, ਕੱਟਾ ਦੇ ਨਾਲ ਹੀ ਖੜਾ ਇੱਧਰ ਬਾਈ। ਹਾਂ ਜੀ। ਤੇ ਦੁੱਧ ਕਿੰਨਾ ਕੁ ਬਾਈ? ਇਹਦੇ ਥੱਲੇ ਦੁੱਧ ਹੁਣ ਇਸ ਟਾਈਮ 7 ਕਿਲੋ ਆ ਜੀ। 7 ਕਿਲੋ ਕੰਡੇ ਵਾਲਾ ਤਿਆਰ ਆ ਬਾਈ? ਹਾਂ ਜੀ ਜਮਾ ਜੀ, ਮੈਂ ਮਰਜ਼ੀ ਕੋਈ ਖੋਲ ਲਾ ਬਾਈ ਤੋੜ ਕੇ ਖਾ ਦੇ। 7 ਲੀਟਰ ਹਾਂ ਹਟਾਈ ਬੱਚਾ। ਤੇ ਚਵਾਈ ਚੁਈ ਦੀ ਕਿਵੇਂ ਆ ਬਾਈ? ਚਵਾਈ ਦੀ ਜਮਾ ਠੀਕ ਆ ਜੀ, ਬੱਚਾ ਛੱਡ ਕੇ ਜਿਵੇਂ ਮਰਜ਼ੀ ਬੈਠਾ ਰਹੇ। ਠੀਕ ਆ ਬਾਈ, ਤੇ ਮੁੱਲ ਕੱਲੀ ਫਿਰ? ਮੁੱਲ ਇਹਦਾ 53,000 ਰੁਪਇਆ ਜੀ। ਮਾਨਦਾਨ ਹੋ ਜੀ? ਮਾਨਦਾਨ ਹੋ ਜੀ। 53,000 ਰੁਪਇਆ ਬਾਈ ਨੇ ਮੁੱਲ ਰੱਖਿਆ, ਬਾਕੀ ਮੌਕੇ ਦੇ ਵਿੱਚੋਂ ਮਾਨਦਾਨ ਜ਼ਰੂਰ ਹੋ ਜਾਓ। ਚੰਗੀ ਆ ਮੱਝ ਆਰਡਰ ਕਰਨ ਵਾਲੀ ਦਾ ਸੋਹਣਾ ਥਣ ਥੁਣ ਚੰਗਾ ਲੱਗਿਆ ਬਾਈ। ਬੱਚਾ ਮਗਰ ਗੱਟਾ, 3 ਮਹੀਨੇ ਹੋ ਗਏ ਬਾਈ ਕਹਿੰਦਾ ਸੂਈ ਨੂੰ। ਤੇ ਬਾਈ ਨਾ ਕਿਸੇ ਨੂੰ ਸਾਰੀ ਦਿਖਾ ਤੇ, ਕਿਸੇ ਵੀਰ ਦੇ ਬਾਈ ਸਾਰੇ ਨਗਾਂ 'ਚੋਂ ਕੋਈ ਵੀ ਨਗ ਪਸੰਦ ਆਵੇ ਤਾਂ ਭਰਾ ਨਾਲ ਕਨੈਕਟ ਕਰ ਲਿਓ ਜੀ। ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ।